ਹਾਂਜੀ ਸਸਾ ਜੀ ਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਕਚੂਰਾ ਟਿਜੀ ਦੇ ਉੱਤੇ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪ੍ਰੀ ਬੋਰਡ ਐਗਜ਼ਾਮ ਜੋ ਕਿ 15 ਜਨਵਰੀ ਨੂੰ ਤੁਹਾਡਾ ਜਮਾਤ 9ਵੀਂ ਦਾ ਇੰਗਲਿਸ਼ ਦਾ ਪੇਪਰ ਆਉਣ ਵਾਲਾ ਉਸ ਦਾ ਇੱਕ ਐਗਜ਼ਾਮ ਲੈ ਕੇ ਆਇਆ ਠੀਕ ਹੈ ਇਹ ਪੂਰਾ ਸੌਲਵ ਕੀਤਾ ہوا ਹੈ ਇਸ ਵੀਡੀਓ ਵਿੱਚ ਦੋ ਪੇਪਰ ਨੇ ਠੀਕ ਹੈ ਤੁਸੀਂ ਦੋਨੋਂ ਹੀ ਚੈੱਕ ਕਰ ਲੈਣਾ ਠੀਕ ਹੈ ਚੰਗੇ ਤਰੀਕੇ ਨਾਲ ਉਹਨਾਂ ਨੂੰ ਯਾਦ ਕਰ ਲੈਣਾ ਕਿਉਂਕਿ ਇਹ ਪੇਪਰ ਬਹੁਤ ਇੰਪੋਰਟੈਂਟ ਹੈ ਠੀਕ ਹੈ ਇਹ ਵਾਲਾ ਪੇਪਰ ਸੋਲਵ ਕੀਤਾ ਹੋਇਆ ਜਿਹੜਾ ਦੂਜਾ ਹੋਵੇਗਾ ਉਹ ਸੋਲਵ ਨਹੀਂ ਕੀਤਾ ਹੋਇਆ ਇਸਕ੍ਰੋਲ ਕਰਕੇ ਵਿਖਾਵਾਂਗੇ ਆਨਸਰ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਖੁਦ ਚੈੱਕ ਕਰ ਲੈਣਾ ਠੀਕ ਹੈ ਸੋ ਫਰਸਟ ਆਫ ਵਾਲਾ ਆਪਣੇ ਕੋਲ ਸੈਕਸ਼ਨ A ਦਿੱਤਾ ਗਿਆ ਜਿੰਦੇ ਵਿੱਚ ਇੱਕ ਇੱਕ ਹੈ ਆਪਣੇ ਕੋਲ ਪੈਸੇਜ 5 ਮਾਰਕਸ ਦਾ ਸੋ ਇਹ ਹੈਗਾ ਯਾ ਵਨ ਆਫ ਦਾ ਬਿਊਟੀਫੁਲ ਸਟੇਟ ਇਨ ਔਰ ਕੰਟਰੀ ਇਜ਼ ਕੇਰਲਾ ਠੀਕ ਹੈ ਕੇਰਲਾ ਇਜ਼ ਸਿਟਿਉਟਿਡ ਇਨ ਦਾ ਸਦਰਨ ਵੈਸਟਰਨ ਰੀਜਨ ਆਫ ਇੰਡੀਆ ਠੀਕ ਹੈ ਸੋ ਇਹ ਸਾਰੇ ਪੈਸੇਜ ਨੂੰ ਪੜ੍ਹ ਕੇ ਥੱਲੇ ਆਪਾਂ ਜਿਹੜੇ ਕੀ ਕੁਐਸਚਨ ਦੇ ਆਨਸਰ ਦੇਣੇ ਆ ਤਾਂ ਫਰਸਟ ਕੁਐਸਚਨ ਦਾ ਸੈਕਸ਼ਨ ਆਪਸ਼ਨ ਬੀ ਜਿਹੜੀ ਕਿ ਰਾਈਟ ਆਨਸਰ ਆ ਜਾਏਗੀ ਇਸੇ ਤਰ੍ਹਾਂ ਹੀ ਸੈਕਿੰਡ ਦੀ ਬੀ ਇੰਡੀਅਨ ਐਲੀਫੈਂਟ ਆ ਜਾਏਗਾ ਇਸ ਪੈਸੇ ਨੂੰ ਜਦੋਂ ਤੁਸੀਂ ਪੜੋਗੇ ਤੁਹਾਨੂੰ ਸਾਰੇ ਹੀ ਆਨਸਰ ਇਹਦੇ ਵਿੱਚੋਂ ਵੇਖਣ ਨੂੰ ਮਿਲ ਜਾਣਗੇ ਸੋ ਨੈਕਸਟ ਆਪਣੇ ਕੋਲ ਹੈਗਾ ਤੀਜਾ ਕੁਐਸਚਨ ਤੀਜੇ ਕੁਐਸਚਨ ਦੇ ਵਿੱਚ ਵਿਚ ਆਫ ਦਾ ਫੋਲੋਇੰਗ ਇਜ਼ ਅ ਸਟੇਟਮੈਂਟ ਇਜ਼ ਆ ਨਾਟ ਅ ਟਰੂ ਪੈਸੇ ਨੂੰ ਪੜ ਕੇ ਕਿਹੜੀ ਸਟੇਟਮੈਂਟ ਤੁਹਾਨੂੰ ਟਰੂ ਨਹੀਂ ਲੱਗ ਰਹੀ ਸੋ ਇਸ ਵਿੱਚ ਆਪ ਨੂੰ ਹੈਵਨ ਆਉਣਾ ਇਰਥ ਜਿਹੜੀ ਹੈ ਇਹ ਸਟੇਟਮੈਂਟ ਸਹੀ ਨਹੀਂ ਲੱਗ ਰਹੀ ਸੀ ਤਾਂ ਆਪਾਂ ਡੀ ਆਪਸ਼ਨ ਜਿਹੜੀ ਕਿ ਰਾਈਟ ਟਿਕ ਕਰ ਦਿੱਤੀ ਆ ਇਸੇ ਤਰ੍ਹਾਂ ਹੀ अपने चौथाज ऑफ केरला इज द फेमस ब्लैक पेपर इज द पेपर इज द फेमस ऑफ दिस इन केरलावल विल यू सैलीब्रेट एवरी ईयर इफ यू लीव इन केरला केरला फैसटिवल एवरी साल मतलब हर एक साल मनाया जाता है ओनम जरा फैसटिवल मनाया जाता है नैक्सट अपने को पिक्चर दी गई पिक्चर हैगी अपने गवर्नमेंट ऑफ ऑरि ओरिजा इज ऑर्गेनाइजेशन एन एस ए कॉन्टेस्ट ठीक है ਸੋ ਐਸੇ ਕੰਟੈਂਟ ਹੈ ਠੀਕ ਹੈ ਸ਼ਾਇਦ ਮੇਬੀ ਉਸ ਤੋਂ ਬਾਅਦ ਉਸ ਤੋਂ ਕਨਵਰਸੇਸ਼ਨ ਆਫ એનર્ਜੀ ਇਸ ਨੂੰ ਤੁਸੀਂ ਪੈਸੇ ਪਿਕਚਰ ਨੂੰ ਦੇਖ ਕੇ ਜੋ ਕੋਈ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਥੱਲੇ ਆਪਾਂ ਕੁਸ਼ਨ ਦੇ ਆਨਸਰ ਦੇਣਾ ਹੈ ਵਾਟ ਇਜ਼ ਦਾ ਪੋਸਟਰ ਅਬਾਊਟ ਐਸੇ ਕੰਟੈਸਟ ਉੱਪਰ ਲਿਖਿਆ ਹੋਇਆ ਹੈ ਫਰੰਟ ਪੇਜ ਦੇ ਵਿੱਚ ਤੀਸਰੀ ਫੋਰਥ ਲਾਈਨ ਦੇ ਵਿੱਚ ਐਸੇ ਕੰਟੈਸਟ ਸੋ ਐਸੀ ਤਰ੍ਹਾਂ ਹੀ ਤੁਸੀਂ ਸਾਰੇ ਕੁਸ਼ਨ ਚੈੱਕ ਕਰ ਲੈਣਾ ਅਸੀਂ ਰਾਈਟ ਟਿਕ ਕਰ ਦਿੱਤੇ ਗਏ ਆ ਸਾਡੇ ਵੱਲੋਂ ਤੇ ਬਾਕੀ ਜਿਹੜੇ ਬੱਚੇ ਨਵੇਂ ਆ ਚੈਨਲ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸਤਾਂ ਮਿੱਤਰਾਂ ਨੂੰ WhatsApp ਤੇ ਜਾ ਕੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਤਾਂ ਜੋ ਹਰ ਇੱਕ ਬੱਚੇ ਦੀ ਹੈਲਪ ਹੋ ਸਕੇ ਪੇਪਰ 2 ਆ ਠੀਕੇ ਸੇ ਵੀਡੀਓ ਦੇ ਵਿੱਚ ਇਹ ਪੇਪਰ ਨੂੰ ਪੂਰਾ ਸੋਲਵ ਕੀਤਾ ਗਿਆ ਦੂਜਾ ਆਪਾਂ ਨਹੀਂ ਕੀਤਾ ਫਿਰ ਲੜਕੀ ਜਦੋਂ ਇਹ ਦੂਜਾ ਸੋਲਵ ਹੁੰਦਾ ਹੈ ਉਹ ਤੁਹਾਨੂੰ ਵੀਡੀਓ ਦੇ ਮਾਧਿਅਮ ਦੇ ਰਾਹੀਂ ਪ੍ਰੋਵਾਈਡ ਕਰਾ ਦਿੱਤਾ ਜਾਵੇਗਾ ਚੌਥਾ ਐਂਡ ਪੰਜਵਾਂ MCQ ਉਸ ਬਾਅਦ ਸੈਕਸ਼ਨ B ਆਪਣੇ ਕੋਲ ਆ ਜਾਂਦਾ ਸੈਕਸ਼ਨ B ਦੇ ਵਿੱਚ ਆਬਜੈਕਟਿਵ ਟਾਈਪ 10 ਮਾਰਕਸ ਦੇ 1 ਸ਼ੁੱਡ ਨੈਵਰ ਸੈਨ ਨੋ 1- ਠੀਕ ਹੈ ਇਹ ਤੁਹਾਡੇ ਫਰਸਟ ਚੈਪਟਰ ਜਿਹੜਾ ਕਿ ਤੁਹਾਡਾ ਗਰੂਮਿੰਗ ਆਫ ਬੁਆਏ ਉਹਦੇ ਵਿੱਚ ਆਇਆ ਹੋਇਆ ਸੀ অপਸ਼ਨ ਏ ਸੌ ਲਾਜੇਗਾ ਬੋਸ ਵੈਂਟ ਟੂ ਡੈਸ਼ ਫੋਰ ਅ ਹਾਈਅਰ ਸਟਡੀ ਬੋਸ ਜਿਹੜਾ ਸੀ ਪਲਾਂਟ ਆਲਸੋ ਬ੍ਰੈਥ ਐਂਡ ਫੀਲ ਜਿਸ ਵਿੱਚ ਉਹ ਇੰਸਟਰੂਮੈਂਟ ਵਗੈਰਾ ਬਣਾਉਂਦਾ ਆ ਤੋ ਬੋਸ ਕਿੱਥੇ ਗਿਆ ਸੀ ਇੰਗਲੈਂਡ ਗਿਆ ਸੀ ਹਾਈਅਰ ਸਟਡੀ ਦੇ ਲਈ ਕਲਗਤ ਵਾਸ ਅ ਡੈਸ਼ ਕਿਲੋਮੀਟਰ ਅਵੇ 80 ਕਿਲੋਮੀਟਰ ਆ ਜਾਏਗਾ 80 ਉਸ ਵਾਰ no man are a strange and no country are foreign ਇਹ ਟਰੂ ਆ ਜਾਏਗਾ ਆਪਣੇ ਕੋਲ no man are foreign ਤੁਹਾਡੀ ਜਿਹੜੀ ਪੋਇਮ ਉਹਦੇ ਵਿੱਚ ਪੁੱਛਿਆ ਗਿਆ ਹੈ ਨੈਕਸਟ 5th ਕੁਐਸਚਨ ਹੈ ਆਪਣਾ ਦਾ ਪਾਵਰ ਆਫ ਟਾਈਮ ਇਜ਼ ਡੈਸ਼ ਬਟ ਗੇਟਿੰਗ ਆਫ ਯੂ ਪੁਆਇੰਟ ਇਹਦੇ ਵਿੱਚ ਗ੍ਰੇਟ ਆ ਜਾਏਗਾ 5th ਇਸੇ ਤਰ੍ਹਾਂ 6th 7th ਕੋਲ ਵਾਟ ਡਿਡ ਦਾ ਫਾਰਮਰ ਪੇ ਦਾ ਬੋਏ ਆਫਟਰ 3 ਇਅਰ 3 ਕਾਪਰ ਕੋਇਨਸ ਇਸੇ ਤਰ੍ਹਾਂ ਨੈਕਸਟ ਕੁਐਸਚਨ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਹੈ 7ਵਾਂ ਕੁਐਸਚਨ 7th ਵੂ ਫਿਲਫਿਲਡ ਦਾ ਵਿਸ਼ੇਸ ਆਫ ਦਾ ਫਾਦਰ ਐਂਡ ਦਾ ਸਨ ਫਿਰ ਦੇ ਵਿੱਚ ਦਾ ਲੇਡੀ ਆਫ ਵਿਸ਼ਸ ਦਾ ਰਾਈਟ ਆ ਜਾਏਗਾ ਊ ਵੈਂਟ ਟੂ ਵਿਦ ਅ ਚైనా ਪਾਰ ਇਨ ਦਾ ਫਰੰਟ ਦੇ ਵਿੱਚ ਕੁਸ਼ਨ ਆਇਆ ਹੋਇਆ ਇਹਦੇ ਵਿੱਚ ਆਲ ਆਫ ਦਾ ਦੀਜ਼ ਆ ਜਾਏਗਾ ਹਿਸ ਵਾਈਫ ਹਿਸ ਕਾਈਂਡ ਸੈਂਡ ਕਾਰਟ ਚైనా ਪਾਰ ਸਾਰੇ ਚਲੇ ਗਏ ਸੀ ਕੌਣ ਕੌਣ ਗਏ ਸੀ ਉਹਦੇ ਮਤਲਬ ਉਹਦੇ ਘਰ ਵਾਲੀ ਹੁੰਦੇ ਬੱਚੇ ਐਂਡ ਉਹਨਾਂ ਦੀ ਜਿਹੜੀ ਬਿੱਲੀ ਸੀ ਵਾਟ ਡਿਡ ਦਾ ਲਿੰਕੋ ਰਾਈਟ ਟੂ ਫੋਰ ਹੈਲਪ ਇਹ ਵਾਲੇ ਕੁਸ਼ਨ ਦਾ ਜਵਾਬ ਨਹੀਂ ਮਿਲਿਆ ਨੈਕਸਟ ਦੇਖਦੇ ਆਪਾਂ ਬ੍ਰਾਹਮਣ ਵਾਸ ਆ ਡੈਸ਼ ਬ੍ਰਾਹਮਣ ਕੀ ਸੀ ਪੇਂਟਰਸ ਸੀ ਅੱਗੇ ਦੇ ਪੇਂਟਰ ਲਿਖਿਆ ਹੋਇਆ ਹੈ ਸੈਕਸ਼ਨ ਸੀ ਆ ਜਾਏਗਾ ਜਿੰਦੇ ਵਿੱਚ 19 ਮਾਰਕਸ ਦਾ ਆਪਣਾ ਕੰਮ ਹੈਗਾ ਯਾ ਇੰਗਲਿਸ਼ ਮੇਨ ਕੋਰਸ ਦੇ ਵਿੱਚ ਫਰਸਟ ਆਫ ਆਲ ਆਪਣੇ ਕੋਲ ਕੁਐਸਚਨ ਪੁੱਛੇ ਗਿਆ ਵਾਟ ਸ਼ੁਡ ਵਨ ਨੈਵਰ ਬੀ ਵਨ ਬੀਵਰ ਆਫ ਗਰੂਮਿੰਗ ਆਫ ਦਾ ਬੋਏ ਇਸ ਦੇ ਵਿੱਚ ਆਪਣੇ ਕੋਲ ਜਿਹੜਾ ਕਿ ਰਾਈਟ ਆਨਸਰ ਆ ਜਾਏਗਾ ਫੈਲਟਰਸ ਠੀਕ ਹੈ ਤੁਸੀਂ ਸਿੱਧਾ ਲਿਖ ਸਕਦੇ ਹੋ ਫੈਲਟਰਸ ਵਨ ਫੈਲਟਰਸ ਸ਼ੁਡ ਵਨ ਬੀਵਰ ਹਾਂ ਲਾਈਨ ਨੂੰ ਬਣਾ ਲੈਣਾ ਅਗੇ ਵਾਟ ਕਲਡ ਦ ਇਨਸਟਰੂਮੈਂਟ ਮੇజర్ ਦ ਇਨਸਟਰੂਮੈਂਟ ਮੇజర్ ਦ ਗਰੋਥ ਆਫ ਪਲਾਂਟ ਠੀਕ ਹੈ ਵਾਟ ਕੈਨ ਪਲਾਂਟ ਫੀਲ ਪਲਾਂਟ ਕੈਨ ਫੀਲ SAD ਹੈਪੀ एंड टाइड ई टी सी पिछे आंसर लिखे हुए बस बाकी आंसर पूरा लिखोगे क्वेश्चन अद्धी लैन चकनी होती है बाकी पिछले लिखना ये है मेन आंसर जो अपना होता है वट इज द राइट टाइम फॉर डूइंग एनी थिंग बट गेटिंग ऑफ यूर टाइम प्रजेंट टाइम इज द बैस्ट ठीक है द रट टाइम ऑफ डूइंग एनी थिंग प्रजेंट टाइम इज द बैस्ट विच इज़ द मोस्ट इम्पोर्टेंट टाइम इज डूइंग समथिंग प्रजेंट टाइम इज द बैस्ट मोस्ट इंपोर्टेंट टाइम फॉर डूइंग समथिंग ਨੈਕਸਟ ਆਪਣੇ ਕੋਲ ਆ ਜਾਏਗਾ 6 ਕੁਐਸਚਨ ਵਾਇਰ 3 ਨੋ men in the village ਠੀਕ ਹੈ ਆਹ ਸੋਰੀ देयर देयर ਨੋ all men of the village has gone to jungle with the hunting party that he was ਸ਼ਿਕਾਰੀਆਂ ਦੀ ਪਾਰਟੀ ਸੀ ਕੋਈ ਠੀਕ ਹੈ ਉਹ ਜੰਗਲ ਵਿੱਚ ਗਏ ਹੋਏ ਸੀ ਇਸ ਲਈ ਕੋਈ ਵੀ ਪਿੰਡ ਦੇ ਵਿੱਚ ਆਦਮੀ ਮੌਜੂਦ ਨਹੀਂ ਸੀ ਇੰਗਲਿਸ਼ ਮੈਨ ਕੋਰਸ ਬੁੱਕ ਆ ਜਾਏਗਾ ਪੋਟਰੀ ਜਿਸ ਵਿੱਚ ਆਪਣੇ ਕੋਲ ਸਟੇਜ ਆ ਦਿੱਤਾ ਗਿਆ ਪਹਿਰੇ ਬੱਚੋ ਜੋ ਕਿ ਆਪਣਾ 3 ਮਾਰਕਸ ਦਾ ਦੋ ਕੁਐਸਚਨ ਦਿੱਥੇ ਨਹੀਂ ਹੁੰਦੇ ਆਪਾਂ ਜਿਦੇ ਵਿੱਚ ਇਹ ਕਵੈਸ਼ਨ 1.5 ਮਾਰਕਸ ਦਾ ਹੁੰਦਾ ਹੈ 1.5 ਸੋ ਰਿਮੈਂਬਰ ਨੋ ਮੈਨਰ ਅ ਸਟ੍ਰੇਂਜ ਠੀਕ ਹੈ ਨੋ ਮੈਨਰ ਫੋਰ ਇਗਜ਼ਾਮ ਦੇ ਵਿੱਚ ਸਟ੍ਰੇਂਜ ਆਇਆ ਹੋਇਆ ਨੇਮ ਦਾ ਪੁਆਇੰਟ ਦਾ ਪੋਇਟ ਆ ਜਾਏਗਾ ਨੋ ਮੈਨਰ ਫੋਰ ਇਗਨ ਬਾਕੀ ਦੋ ਕਵੈਸ਼ਨਾਂ ਦੇ ਵਿੱਚੋਂ ਤੁਸੀਂ ਇਹਦੇ ਲੱਭ ਲੈਣੇ ਆਪ ਸਟ੍ਰੇਂਜ ਦੇ ਵਿੱਚੋਂ ਸਿਰਕਲ ਇੱਕ ਵਾਲਾ ਆਪਣੇ ਆ ਜਾਏਗਾ ਆਹ ਵਾਲਾ ਕਵੈਸ਼ਨ ਜਿੰਦੇ ਵਿੱਚ ਆਪਣੇ ਕੋਈ ਦੂਸਰਾ ਕਵੈਸ਼ਨ ਪੁੱਛਿਆ ਉਹਨਾਂ ਨੇ ਸੈਂਟਰਲ ਆਈਡੀਆ ਆਫ ਦਾ ਪੋਇਮ ਓਪਨ ਦਾ ਆਈ ਸੀ ਦਾ ਗੋਲਡ ਠੀਕ ਹੈ ਓਪਨ ਦਾ ਆਈ ਸੀ ਦਾ ਗੋਲਡ ਦੇ ਵਿੱਚ ਜਿਹੜੀ ਕਿ ਆਪਣੀ ਪੋਇਮ ਹੈ ਹੁੰਦਾ ਜਿਹੜਾ ਕਿ ਤੁਸੀਂ ਸੈਂਟਰਲ हाउ डज़ ग्लोब रोम ब्यूटीफुल आर द ठीक है सो नी दूसरा क्वेश्चन अपन दिता गया हाउ डज़ अ ग्लोब वॉर्म ब्यूटीफुल एंड क्ली चीयर द राइट सो इस तरह राइट ग्लोब वॉम ब्यूटीफुल एंड चीज़ द राइट विद हीज राइट ठीक है नैक्सट लिटरेचर क्वेश्चन पूछे गया वाई डिड द बॉय गो टू द फार्मर बिकॉज ही वॉज अ वेरी पुअर एंड ही रिसर्च अ वर्क that was he went to the farmer ਠੀਕ ਹੈ ਇਸ ਲਈ ਫਾਰਮਰ ਕੋ ਗਿਆ ਸੀ ਕਿਉਂਕਿ ਉਹਨੂੰ ਕੰਮ ਦੀ ਪਾਲ ਸੀ ਤੇ ਉਹ ਬਹੁਤ ਜਿਆਦਾ ਗਰੀਬ ਸੀ what happened to the dog in the end ਠੀਕ ਹੈ ਐਂਡ ਤੇ ਡੌਗ ਨੂੰ ਕੀ ਹੋਇਆ ਸੀ ਕਿਉਂਕਿ ਪਾਣੀ ਬਹੁਤ ਜਿਆਦਾ ਆ ਗਿਆ ਸੀ ਮੇਬੀ ਉਹ ਮਰ ਜਾਂਦਾ ਤੇ ਐਂਡ ਤੇ ਉਹ ਇੱਕ ਖੰਜੂਰ ਦੇ ਪੇੜ ਤੇ ਲਟਕਿਆ ਹੋਇਆ ਆਪ ਨੂੰ ਮਿਲਦਾ ਹੈ ਸ਼ਾਇਦ ਮੈਨੂੰ ਨਾਲ ਯਾਦ ਨਹੀਂ ਅਸੀਂ ਪੜਿਆ ਸੀ crocodile caught the dog and killed him crocodile ਹਾਂ ਚੈੱਕ ਕਰ ਲੈਣਾ ਸਾਰਾ ਕੁਸ਼ਨ ਦਾ ਆਨਸਰ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੋਵੇਗਾ ਕੋਕ ਅੰਡਰ ਅ ਕੋਕੋਨਟ ਟ੍ਰੀ ਔਨ ਹੇਅਰ ਨੈਕਸਟ ਆਪਣੇ ਕੋਲ ਥਰਡ ਕੁਐਸਚਨ ਵੂ ਟੂਕ ਦ ਲੈਟਰ ਟੂ ਦਾ ਪੋਸਟ ਮਾਸਟਰ ਇਨ ਦਾ ਰਾਈਟ ਆਨਸਰ ਤੁਹਾਨੂੰ ਸਕਰੀਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੋਵੇਗਾ ਨੈਕਸਟ ਆਪਣਾ ਜਿਹੜਾ ਚੌਥਾ ਕੁਐਸਚਨ ਹੈ ਵੂ ਵਾਰ ਦਾ ਸ਼ੂਈ ਐਂਡ ਜੌਨ ਸੀ ਵਾਟ ਹੈਪਨਡ ਟੂ ਜੌਨ ਸੀ ਨੈਕਸਟ ਆਪਣੇ ਕੋਲ ਸੈਕਸ਼ਨ ਡੀ ਆ ਜਾਏਗਾ ਵੋਕੈਬਲਰੀ ਜਿਸ ਵਿੱਚ ਡੂ ਐਂਡ ਡਾਇਰੈਕਟ ਦੱਸਣਾ ਹੈ ਸੋ ਫਰਸਟ ਕੁਐਸਚਨ ਦੇਖ ਸਕਦੇ ਹੋ ਤੁਸੀਂ ਜਿੰਦੇ ਵਿੱਚ ਆਪਾਂ ਦੱਸਣਾ ਹੈ ਕੀ ਆ ਪਾਰਟ ਆਫ ਸਪੀਚ ਆਪਣੀ ਠੀਕ ਹੈ ਵਰਡ ਦਿੱਤਾ ਗਿਆ ਫਾਸਟ ਇਹ ਗਾਇ ਆਪਣੇ ਕੋਲ ਐਡਜੈਕਟਿਵ ਚੂਜ਼ ਦਾ ਕਰੈਕਟ ਸਿਨੋਨੀਮ ਵਰਡ ਲੇਜੀ ਲੇਜੀ ਦਾ ਇਨਐਕਟਿਵ ਆ ਜਾਏਗਾ ਐਕਸਪੈਂਸਿਵ ਦਾ ਕਰੈਕਟ ਐਨੋਨੀਮ ਐਨੋਨੀਮ ਵਰਡ ਦੱਸਣਾ ਹੈ ਤੇ ਇਹਦਾ ਚੀਪ ਆ ਜਾਏਗਾ ਇਸੇ ਤਰ੍ਹਾਂ ਇਹ ਆਪਣੇ ਕੋਲ ਚੌਥਾ ਹੈ ਰਗੂ ਜੂਜ਼ਵੈਲ ਹੀ ਸੈਟ ਹੀ ਸੈਟ ਇਨ ਹਿਸ ਜੌਬ ਸੋ ਇਸ ਵਿੱਚ ਆਪਾਂ ਸੈਟ ਕੀ ਹੈ ਇਹ ਦੱਸਣਾ ਹੈ ਸੈਟ ਜਿਹੜਾ ਕੀ ਹੈ ਸੈਟਲਡ ਸੈਟ ਦਾ ਹੀ ਜਿਹੜੀ ਫਾਰਮ ਦੱਸਣੀ ਸੀ ਨੈਕਸਟ ਸੈਕਸ਼ਨ ਸੀ ਸੈਕਸ਼ਨ ਈ ਦੇ ਵਿੱਚ ਗ੍ਰਾਮਰ ਪੁੱਛੀ 32 ਮਾਰਕਸ ਦੀ ਸੋ ਇਸ ਗ੍ਰਾਮਰ ਨੂੰ ਤੁਸੀਂ ਕੋ ਪੜ ਲੈਣਾ ਮੈਂ ਸਕਰੋਲ ਕਰਕੇ ਤੁਹਾਨੂੰ ਦਿਖਾ ਦਾਂਗਾ ਜਿਸ ਵਿੱਚ ਪਹਿਲਾਂ ਆਪਣੇ ਕੋਲ ਟ੍ਰਾਂਸਲੇਸ਼ਨ ਹੈ this is a big order ਇਹ ਇੱਕ ਵੱਡਾ ਹੁਕਮ ਹੈ what do you call this instrument ਤੁਸੀਂ ਇਸ ਉਪਕਰਨ ਨੂੰ ਕੀ ਕਹਿੰਦੇ ਹੋ he looked for the bridge ਉਸਨੇ ਪੁਲ ਦੀ ਤਲਾਸ਼ ਕੀਤੀ ਇਸ ਤਰ੍ਹਾਂ all men are not true ਸਾਰੇ ਆਦਮੀ ਸੱਚੇ ਨਹੀਂ ਹਨ in in the end victory was his ਅੰਤ ਵਿੱਚ ਜਿੱਤ ਉਸ ਦੀ ਸੀ नैक्सट टाइम जो कि खब्बे हाथ चलो कीप टू द लैफ्टाबाबी टू तो इंग्लिश ठीक है वो पतंगा नहीं उड़ा दे वि नॉट अप्लाई काइट्स ठीक है अपना अपना समा व्यर्थ न गां डू नॉट वेस्ट यूर टाइम तो हर रोज़ कसरत करनी चाहिए है यू शू एक्स एक्सरसाइज डेली नीचे पत्थर लिख रही थी, नीचे इज राइटिंग अ लैटर डू एज डायरैक्टर फिर दसने के इन्हें डिटरमीनर कि लगना आ सो नैक्सट आप देखा नैक्सट अपने ही वाज डैश टू वैल्थ दैन हीज ब्रदर ठीक है मोर आ जाएगा इन्हें सो so, थर्ड भी देख लेना खुद उस बात अपने को फोर्थ आ जाएगी फोर्थ बाद फिफ्थ आ जाएगी फिफ्थ बाद अपने को सिक्स जो कुछ कर सकते हो उस बाद अपने कोैक्ट दसना है कि इंटगा उसका सूटिएबल सॉरी कोनेक्टर कोनैक्टर दसना आ अपने को दिस इज़ अ लेडी डैश पर्श हैज़ बिन स्टोलन वॉज वॉज आ जाएगा उस चूज द करैक्ट पैजी वॉयज दसनी अपना चूज द करैक्ट सेंटेंस करेक्ट सेंटेंस के फिर अपन ईमेल दिखी गई है पी ईमेल जी आई हुई है योर फ्रेंड अलोक वास टू कंग्रेट अरेजमेंट अरेजमेंट हो गई है कंग्रेचुलेशन देनी है ਵਿਦਾਈ ਪੱਤਰ ਦੇਣ ਲਈ ਉਸ ਤੋਂ ਬਾਅਦ ਗਿਵ ਦਾ ਪੈਸੀ ਕੇਅਰਫੁਲੀ ਐਂਡ ਨੋਟਸ ਇਨ ਇਦ ਨੋਟਸ ਲਿਖਣਾ ਹੈ ਤੁਸੀਂ ਥੱਲੇ ਹਾਊ ਇਟ ਲੁਕਸ ਤੁਸੀਂ ਇਸ ਵਿੱਚ ਕੀ ਵੇਖਦੇ ਹੋ ਹਾਊ ਇਟ ਇਜ਼ ਅ ਪ੍ਰੋਸੈਸਡ ਇਸ ਦਾ ਪ੍ਰੋਸੈਸਡ ਕੀ ਹੈ ਇਨ ਇਦ ਤੁਸੀਂ ਤਿੰਨ ਲਾਈਨ ਲਿਖਣੀ ਹੈ ਤੇ ਇਨ ਇਦ ਲਿਖਣੀ ਹੈ ਇਹ ਵੀ ਬਹੁਤ ਸੌਖਾ ਹੁੰਦਾ ਜੇਕਰ ਤੁਹਾਨੂੰ ਆਉਂਦਾ ਹੈ ਨੈਕਸਟ ਇਸ ਇਸ ਰਾਮਨਾਥ ਐਂਡ ਹਿਸ ਫੈਮਿਲੀ ਵਾਲਾ ਇਹ ਆਪਣੇ ਕੋਲ ਪੈਸੀ ਆਇਆ ਪੈਰਾਗ੍ਰਾਫ ਆਇਆ ਹੋਇਆ ਹੈ ਅੰਮ੍ਰਿਤਸਰ ਇਸ ਗੁਰੂ ਨਾਨਕ ਕੀ ਨਗਰੀ ਗੋਲਡਨ ਟੈਂਪਲ ਵਾਲਾ ਤੁਹਾਡੇ ਕੋਲ ਆਇਆ ਹੋਇਆ ਹੈ ਦੋਨਾਂ ਵਿੱਚੋਂ ਕੋਈ ਵੀ ਤੁਸੀਂ ਕਰ ਸਕਦੇ ਹੋ ਨਾਇਕ ਬ్రో ਸੋਰੀ ਇਹ ਮੈਨੂੰ ਲੱਗਦਾ ਨਿ ਨਿ ਬ్రో ਨਿ ਬ్రో ਤੁਹਾਡਾ ਕੀ ਤੁਹਾਡਾ ਹੈਗਾ ਜਾਂ ਕੋਈ ਪੈਰਾਗ੍ਰਾਫ ਉਦੋਂ ਦੋਵਾਂ ਦੇ ਵਿੱਚੋਂ ਕੋਈ ਇੱਕ ਕਰਨਾ ਹੈ ਗੋਲਡਨ ਟੈਂਪਲ ਵੀ ਰਾਈਟ ਅ ਲੈਟਰ ਕਜ਼ਨ ਆਸਕਿੰਗ ਹਿਮ ਸਪੈਂਡ ਸਮਰ ਵੈਕੇਸ਼ਨ ਟੂਗੇਦਰ ਐਂਡ ਲੈਟਰ ਟੂ ਆਰਡਰਿੰਗ ਸਟੇਸ਼ਨਰੀ ਆਈਟਮ ਠੀਕ ਹੈ ਸੋ ਆਲ ਆਵਰ ਮੈਂ ਜਿਹੜਾ ਕਿ ਪੇਪਰ ਤੁਹਾਡਾ ਕਰ ਲਿਆ ਹੈ ਦੇਖ ਸਕਦੇ ਹੋ ਤੁਹਾਡੀ ਜਿਹੜੀ ਲੈਟਰ ਸੀ ਸਮਰ ਵੈਕੇਸ਼ਨ ਵਾਲੀ ਚੈੱਕ ਕਰ ਸਕਦੇ ਹੋ ਬਾਰੇ ਵਿੱਚੋਂ ਇਦਾਂ ਅਸੀਂ ਲਿਖੀ ਹੋਈ ਹੈ ਇੰਗੇ ਤੁਹਾਡਾ ਕੀ ਹੈ परसन डिज़लाइक मोस्ट नैक्सट अपना गोल्डन टेंपल जे नहीं किया कर सकते हो प्यारे बच्चों तो नैक्सट आप देखा हाँ इतों तक कि पेपर दूजा पेपर तुम दिखा दें ਇੱਕ ਪੇਪਰ ਤੁਹਾਡਾ ਆਹ ਵਾਲਾ ਆਇਆ ਹੋਇਆ ਸੀ ਠੀਕ ਹੈ ਕਲਾਸ 9th ਸਬਜੈਕਟ ਇੰਗਲਿਸ਼ ਪ੍ਰੀ ਬੋਰਡ ਇਗਜ਼ਾਮ ਜਨਵਰੀ 2023 ਸੋ ਇਸ ਨੂੰ ਵੀ ਚੰਗੇ ਤਰੀਕੇ ਨਾਲ ਦੇਖ ਲੈਣਾ ਇੱਕ ਵਾਰ ਇਹ ਤੇ ਇਸ ਦੇ ਜਿਹੜੇ ਕੀ ਅਨਸਰ ਤੁਹਾਨੂੰ ਆਲਰੇਡੀ YouTube ਤੇ ਮਿਲ ਜਾਣਗੇ ਬਹੁਤ سارے YouTube ਗਰਾਂ ਨੇ ਦਾ ਅਨਸਰ ਕੀ ਪ੍ਰੋਵਾਈਡ ਕਰਾ ਦਿੱਤੀ ਗਈ ਹੈ ਤਾਂ ਤੁਸੀਂ ਉਹ ਤੋਂ ਚੈੱਕ ਕਰ ਲੈ ਸਕਦੇ ਹੋ ਇਹਦੀ PDF ਸਾਨੂੰ ਸਾਡੇ Telegram ਚੈਨਲ ਤੇ ਵੇਖਣ ਨੂੰ ਮਿਲ ਜਾਏਗੀ ਠੀਕ ਹੈ ਸੋ ਇੱਕ ਵਾਰ ਸਾਰੇ ਜਣੇ Telegram ਚੈਨਲ ਜੁਆਇਨ ਕਰ ਲੈਣਾ ਨਾਮ ਇੱਕ ਜੁੜਾ ਟਿਚ PBSB ਸੋ ਦੇਖ ਸਕਦੇ ਹੋ ਸੈਕਸ਼ਨ B ਸੋ ਇਹ ਵੀ ਪੇਪਰ ਬਹੁਤ ਇੰਪੋਰਟੈਂਟ ਹੈ ਠੀਕ ਹੈ ਕਾਫੀ ਸਕੂਲਾਂ ਦੇ ਵਿੱਚ ਮੇ ਵੀ ਸੇਮ ਆਉਣ ਵਾਲਾ ਪੇਪਰ ਇਹ ਵੀ ਤੇ ਜਿਹੜੇ ਬੱਚੇ ਐਂਡ ਤੱਕ ਵੀਡੀਓ ਤੇ ਬਣੇ ਵੀਡੀਓ ਨੂੰ ਲਾਈਕ ਕਰ ਦੇਣਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇਕਰ ਕੋਈ ਡਾਊਟ ਹੈ ਤੁਹਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਮਿਲਦੇ ਆ ਆਪਾਂ ਅਗਲੀ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਬਾਏ ਬਾਏ ਟੇਕ ਕੇਅਰ ਜੈ ਹਿੰਦ ਵੰਦੇ ਮਾਤਰਮ